कुछ दिन पहला अखबारों के विच ते सोशल मीडिया ते सिख रेफरेंस लाइब्रेरी बारे बड़िया डैमेजिंग खबर लगियां सी, जिन्हां दी पड़ताल करन लई असी दफ्तरी अधिकारियों के तौर पर जिहड़े सकत्तर साहबान ने पहला इत्थे सेवा कीती है श्रोमणी कमेटी च लाइब्रेरी रहे ने, इंचार्ज रहे ने, सिख इतिहास सर्च बोर्ड के इंचार्ज रहे ने। इन्हां दे विच 1984 ਤੋਂ ਲੈ ਕੇ 17 ਸਕੱਤਰ ਸਾਹਿਬਾਨ, ਇੰਚਾਰਜ 28, ਡਾਇਰੈਕਟਰ 2 ਅਤੇ ਲਾਇਬ੍ਰੇਰੀਅਨ ਜਿਹੜੇ ਨੇ ਉਹ 8 ਰਹਿ ਚੁੱਕੇ ਨੇ। ਇਸ ਲੰਬੇ ਪੀਰੀਅਡ ਦੇ ਵਿੱਚ ਇਹਨਾਂ ਸਕੱਤਰ ਸਾਹਿਬਾਨ ਨੂੰ ਅਸੀਂ ਬੇਨਤੀ ਕਰਕੇ ਅੱਜ ਬੁਲਾਇਆ ਸੀ, ਜਿਹਦੇ ਵਿੱਚ ਸਰਦਾਰ ਅਨੁਰਾਗ ਸਿੰਘ ਨੂੰ ਬੇਨਤੀ ਕਰਕੇ ਬੁਲਾਇਆ ਸੀ, ਕਿਉਂਕਿ ਇਹਨਾਂ ਵੱਲੋਂ ਵੀ ਸਾਨੂੰ ਇਹ ਸ਼ਿਕਾਇਤ ਕੀਤੀ ਗਈ ਸੀ ਇਹ ਲਾਇਬ੍ਰੇਰੀ ਦੇ ਬਾਰੇ 'ਚ। ਅਤੇ ਸਕੱਤਰ ਸਾਹਿਬ ਉਹਨਾਂ ਨੂੰ ਬੁਲਾਇਆ ਗਿਆ ਸੀ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ, ਜਿਨ੍ਹਾਂ ਬਾਰੇ ਵੀ ਸੋਸ਼ਲ ਮੀਡੀਆ 'ਤੇ ਅਖਬਾਰਾਂ 'ਚ ਚਰਚਾ ਹੋਈ ਸੀ, ਉਹਨਾਂ ਨੂੰ ਬੇਨਤੀ ਕੀਤੀ ਸੀ, ਉਹ ਵੀ ਸ਼ਾਮਿਲ ਹੋਏ ਨੇ। ਅਸੀਂ ਅੱਜ ਦੋ ਮੁੱਦਿਆਂ 'ਤੇ ਜਿਹੜੀ ਗੱਲ ਸੀ ਉਹ ਕਰਨੀ ਸੀ ਕਿ 1 ਜੂਨ 1984 ਤੋਂ ਪਹਿਲਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਕਿੰਨਾ ਸਰਮਾਇਆ ਸੀ, ਅਤੇ ਜੂਨ 1984 ਦੇ ਘੱਲੂਘਾਰੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ, ਗੁਰੂ ਰਾਮਦਾਸ ਲਾਇਬ੍ਰੇਰੀ, ਕੇਂਦਰੀ ਸਿੱਖ ਅਜਾਇਬ ਘਰ ਜਾਂ ਹੋਰਨਾਂ ਦਫ਼ਤਰਾਂ ਤੋਂ ਸਰਕਾਰ ਨੇ ਕੀ ਚੁੱਕਿਆ ਸੀ ਅਤੇ ਕੀ ਸਾਨੂੰ ਵਾਪਸ ਕੀਤਾ। ਅਤੇ ਜਿਹੜਾ ਮੇਨ ਪੁਆਇੰਟ ਸੀ ਕਿ ਜਿਹੜਾ ਕਿਹਾ ਗਿਆ ਕੁਝ ਅਖਬਾਰਾਂ 'ਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਸਰੂਪ ਜਿਹੜੇ ਆ ਉਹ 4000 ਪਾਉਂਡ 'ਚ ਵੇਚਿਆ ਗਿਆ, 13 ਕਰੋੜ ਰੁਪਈਏ 'ਚ ਵੇਚਿਆ ਗਿਆ, ਉਹਦੇ ਬਾਰੇ 'ਚ ਗੱਲਬਾਤ ਕੀਤੀ ਗਈ ਆ। ਇਹਦੇ 'ਚ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜੂਨ 1984 ਦੇ ਤੀਸਰੇ ਘੱਲੂਘਾਰੇ ਤੋਂ ਪਹਿਲਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ 512 ਹੱਥ ਲਿਖਤ ਸਰੂਪ ਸੀ ਅਤੇ 12,613 ਕਿਤਾਬਾਂ ਸੀ ਹੱਥ ਲਿਖਤ ਖੇੜੇ ਸੀ। ਇਸ ਤੋਂ ਇਲਾਵਾ ਜਿਹੜੇ ਅਖਬਾਰਾਂ ਉਹ ਮੌਜੂਦ ਸੀ, ਜਿਹੜੀਆਂ ਲਿਸਟਾਂ ਸਾਨੂੰ ਸਰਦਾਰ ਅਨੁਰਾਗ ਸਿੰਘ ਨੇ ਪ੍ਰੋਵਾਈਡ ਕੀਤੀਆਂ ਨੇ ਉਹਨਾਂ ਲਿਸਟਾਂ ਦੀ ਗਿਣਤੀ ਕਰਨ 'ਤੇ ਸਾਨੂੰ 205 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੱਥ ਲਿਖਤ ਰੂਪ ਲਿਸਟ ਅਨੁਸਾਰ ਵਾਪਸ ਆਏ ਨੇ। 807 ਪੁਸਤਕਾਂ ਵਾਪਸ ਆਈਆਂ ਨੇ, ਅਖਬਾਰਾਂ ਵਾਪਸ ਆਈਆਂ ਨੇ, ਕੇਵਲ ਇੱਕ ਹੁਕਮਨਾਮਾ ਵਾਪਸ ਆਇਆ ਵਾ। ਇਸ ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਇਸ ਵੇਲੇ 560 ਸਰੂਪ ਹੱਥ ਲਿਖਤ ਸਾਡੇ ਪਾਸ ਮੌਜੂਦ ਨੇ, 24,999 ਕਿਤਾਬਾਂ ਮੌਜੂਦ ਨੇ, 1398 ਅੱਜ ਦੀ ਡੇਟ 'ਚ 1398 ਜਿਹੜੀਆਂ ਨੇ ਹੱਥ ਲਿਖਤ ਪੋਥੀਆਂ ਮੌਜੂਦ ਨੇ। ਅਖਬਾਰਾਂ ਦਾ ਜਿਹੜਾ ਅੰਕੜਾ ਵਾ ਸਾਡੇ ਪਾਸ ਨਹੀਂ ਹੈਗਾ। ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਜਿਹੜਾ ਸਾਡੇ 'ਤੇ ਦੋਸ਼ ਲੱਗਾ ਕਿ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਸੀ ਕਿ ਆਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਸਰਕਾਰ ਨੇ ਜਿਹੜਾ ਸਾਡਾ ਸਰਮਾਇਆ ਚੁਰਾਇਆ ਉਹ ਸਾਰਾ ਦਾ ਸਾਰਾ ਵਾਪਸ ਕਰ ਦਿੱਤਾ ਗਿਆ, ਸ਼੍ਰੋਮਣੀ ਕਮੇਟੀ 'ਤੇ ਐਵੇਂ ਪਾਣੀ ਦੇ ਵਿੱਚ ਮਧਾਣੀ ਪਾ ਕੇ ਇਹ ਮੰਗ ਰਿਪੀਟ ਕਰ ਰਹੀ ਆ। ਅੱਜ ਦੀ ਲਿਸਟ ਅਨੁਸਾਰ ਪ੍ਰਤੱਖ ਕਰਨਾ ਚਾਹੁੰਦੇ ਹਾਂ ਕਿ 307 ਪਾਵਨ ਹੱਥ ਲਿਖਤ ਸਰੂਪ ਸਾਡੇ ਉਹਨਾਂ ਰਜਿਸਟਰਾਂ ਅਨੁਸਾਰ ਜਿਹੜਾ ਸਰਕਾਰ ਨੇ ਸਾਨੂੰ ਵਾਪਸ ਕੀਤਾ ਸੀ ਉਹਦੇ ਅਨੁਸਾਰ 352 ਹੱਥ ਲਿਖਤ ਸਰੂਪ ਜਿਹੜੇ ਆ ਸਾਨੂੰ ਅੱਜ ਤੱਕ ਸਰਕਾਰ ਨੇ ਵਾਪਸ ਨਹੀਂ ਕੀਤੇ, ਜਦੋਂ ਕਿ ਲਿਸਟ ਅਨੁਸਾਰ 205 ਸਰੂਪ ਸਾਨੂੰ ਦਿੱਤੇ ਆ। ਫਿਰ 11,107 ਕਿਤਾਬਾਂ, ਬੇਸ਼ੁਮਾਰ ਜਿਹੜੀਆਂ ਕਿਤਾਬਾਂ ਸੀ ਹੱਥ ਲਿਖਤ ਸਾਹਿਤ ਸੀ ਸਾਡਾ ਰੈਫਰੈਂਸ ਲਾਇਬ੍ਰੇਰੀ ਦਾ ਮਤਲਬ ਇਹ ਹੁੰਦਾ ਕਿ ਇਹਦੇ ਨਾਲ ਦੀ ਦੂਜੀ ਕਿਤਾਬ ਕਿਸੇ ਹੋਰ ਲਾਇਬ੍ਰੇਰੀ 'ਚ ਨਹੀਂ ਹੈਗੀ, ਉਹ ਕਿਤਾਬਾਂ ਸਾਨੂੰ ਵਾਪਸ ਨਹੀਂ ਆਈਆਂ। ਸਰਦਾਰ ਕੁਲਵੰਤ ਸਿੰਘ ਜੀ ਰੰਧਾਵਾ ਜਿਹੜੇ ਸੈਕਟਰੀ ਰਹੇ ਸੀ ਇਹਨਾਂ ਨੇ ਸਪਸ਼ਟ ਕੀਤਾ ਕਿ ਜਿਹੜੀ ਵਸੂਲੀ ਲਿਸਟ 'ਤੇ ਆ ਉਹ ਮੇਰੀ ਆ, ਮੈਂ ਸਰਦਾਰ ਭਾਨ ਸਿੰਘ ਦੇ ਸਾਈਨਾਂ ਤੋਂ ਬਾਅਦ ਕੀਤੇ ਸੀ। ਸਰਦਾਰ ਬਲਬੀਰ ਸਿੰਘ ਨੇ ਸਪਸ਼ਟ ਕੀਤਾ ਲਾਇਬ੍ਰੇਰੀਅਨ ਨੇ ਕਿ ਇਹ ਸਾਨੂੰ ਜਿਹੜਾ ਸਮਾਨ ਸੀ ਸਾਡੇ ਪਾਸ ਉੱਥੇ ਕਮਰੇ 'ਚ ਹੇਠਲੇ ਕਮਰੇ 'ਚ ਆ ਗਿਆ ਸੀ। ਰਹੀ ਗੱਲ ਜਿਹੜਾ ਬਹੁਤ ਹੀ ਖਤਰਨਾਕ ਸਾਡੇ ਬਾਰੇ ਸਟੇਟਮੈਂਟ ਲੱਗੀ
ਉਹਦੇ ਵਿੱਚ ਕੁਝ ਸ਼ਖਸੀਅਤਾਂ ਦੇ ਨਾਂ ਵੀ ਆਏ ਕਿ ਪਾਵਨ ਸਰੂਪ ਜਿਹੜਾ ਸੀ ਉਹ ਇੰਗਲੈਂਡ ਦੇ ਵਿੱਚ ਵੇਚਿਆ ਗਿਆ, ਅਮਰੀਕਾ ਦੇ ਵਿੱਚ ਵੇਚਿਆ ਗਿਆ। ਇਹ ਬਹੁਤ ਸਾਡੀ ਬਦਕਿਸਮਤੀ ਆ। ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਵੀ ਦੋਸ਼ੀ, ਇਹਦੇ ਲਈ ਇੱਕ ਹਾਈ ਪਾਵਰ ਕਮੇਟੀ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਰੱਸਟੀ ਵੀ ਹੋਣਗੇ, ਹੱਥ ਲਿਖਤਾਂ ਦੇ ਮਾਹਰ ਵੀ ਹੋਣਗੇ, ਉਹ ਬੰਦੇ ਜਿਹੜੇ ਲਾਇਬ੍ਰੇਰੀਆਂ ਦੀ ਰੱਖ ਰਖਾਵ ਕਰਦੇ ਨੇ ਉਹ ਵੀ ਹੋਣਗੇ। ਅਤੇ ਇਹ ਪੜਤਾਲ ਜਿਹੜੀ ਆ ਵੱਖਰੇ ਤੌਰ 'ਤੇ ਕਰਕੇ ਪ੍ਰਧਾਨ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਹਾਈ ਪਾਵਰ ਕਮੇਟੀ ਜਿਹੜੀ ਆ ਉਹ ਬਣਾ ਕੇ ਇਹਦੀ ਪੜਤਾਲ ਕਰਨ। ਹਾਂ, ਇਹ ਜ਼ਰੂਰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜੇ ਕੋਈ ਪੰਥ ਦੋਖੀ ਇਸ ਕੇਸ ਦੇ ਵਿੱਚ ਪਾਇਆ ਜਾਂਦਾ ਵਾ, ਦੋਸ਼ੀ ਪਾਇਆ ਜਾਂਦਾ ਵਾ, ਉਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕ੍ਰਿਮੀਨਲ ਕੇਸ ਦਰਜ ਕਰਾਏਗੀ। ਉਹਦੇ ਪ੍ਰਤੀ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ। ਇੱਕ ਗੱਲ ਮੈਂ ਹੋਰ ਸਪਸ਼ਟ ਕਰਨੀ ਚਾਹੁੰਦਾ ਕਿ ਜੇ ਦੋਸ਼ ਸਾਬਤ ਨਾ ਹੋਏ ਅਸੀਂ ਸੰਬੰਧਿਤ ਅਖਬਾਰ 'ਤੇ, ਸੰਬੰਧਿਤ ਵਿਅਕਤੀਆਂ 'ਤੇ ਵੀ ਡੈਫਰਮੇਸ਼ਨ ਦਾ ਕੇਸ ਕਰਾਂਗੇ, ਜੇ ਉਹਨਾਂ 'ਤੇ ਵੀ ਕ੍ਰਿਮੀਨਲ ਕੇਸ ਜਿਹੜਾ ਵਾ ਉਹ ਦਾਇਰ ਕਰਾਂਗੇ, ਤਾਂ ਕਿ ਜਿਹੜਾ ਸੱਚ ਆ ਸਿੱਖਾਂ ਦੀ ਇਸ ਸ਼੍ਰੋਮਣੀ ਸੰਸਥਾ 'ਤੇ ਜਿਹੜਾ ਧੱਬਾ ਲੱਗਾ ਵਾ ਉਹਨੂੰ ਅਸੀਂ ਧੋ ਸਕੀਏ। ਮੈਂ ਅੱਜ ਸਾਰਿਆਂ ਨੂੰ ਬੇਨਤੀ ਕੀਤੀ ਆ, ਖਾਸ ਕਰਕੇ ਸਰਦਾਰ ਅਨੁਰਾਗ ਸਿੰਘ ਨੂੰ ਵੀ, ਉਹਨਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਵਾ, ਸਾਬਕਾ ਸਕੱਤਰ ਸਾਹਿਬਾਨ ਨੂੰ ਵੀ, ਖਾਸ ਕਰਕੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਨੂੰ ਵੀ ਬੇਨਤੀ ਕੀਤੀ ਆ ਕਿ ਉਹ ਇਸ ਕਾਰਜ ਦੇ ਵਿੱਚ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣ, ਤਾਂ ਕਿ ਜਿਹੜਾ ਸੱਚ ਆ ਉਹ ਸੰਗਤਾਂ ਦੇ ਸਾਹਮਣੇ ਆ ਸਕੇ। ਅਤੇ ਇੱਕ ਜਿਹੜੀ ਮੇਰੀ ਬੇਨਤੀ ਆ ਉਹ ਇਹ ਆ ਕਿ ਅਸੀਂ 1984 ਤੋਂ ਪਹਿਲਾਂ ਲੈ ਕੇ ਅੱਜ ਤੱਕ 85 ਪੱਤਰਿਕਾਵਾਂ ਸਮੇਂ ਸਮੇਂ ਲਿਖ ਚੁੱਕੇ ਹਾਂ, ਵੱਖ ਵੱਖ ਡੈਪੂਟੇਸ਼ਨ ਸਾਡੇ ਮਿਲਦੇ ਰਹੇ ਨੇ, ਰਾਸ਼ਟਰਪਤੀ ਨੂੰ ਵੀ, ਡਿਫੈਂਸ ਮਿਨਿਸਟਰ ਨੂੰ ਵੀ, ਹੋਮ ਮਿਨਿਸਟਰ ਨੂੰ ਵੀ। ਉਹ ਜਾਰੀ ਰਹੇਗਾ ਕਿਉਂਕਿ ਸਾਡਾ ਸਾਹਿਤਕ ਸਰਮਾਇਆ ਕੰਪਲੀਟ ਰੂਪ 'ਚ ਸਾਨੂੰ ਵਾਪਸ ਨਹੀਂ ਆਇਆ। ਇੱਕ ਜ਼ਰੂਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਹੋ ਸਕਦਾ ਵਿਅਕਤੀ ਗਲਤੀ ਕਰੇ, ਵਿਅਕਤੀ ਦਾ ਦਿਮਾਗ ਖਰਾਬ ਹੋ ਸਕਦਾ, ਕਿਸੇ ਵੇਲੇ ਕੋਈ ਕੰਮ ਗਲਤ ਕਰ ਸਕਦਾ, ਪਰ ਜਿਹੜੀ ਸਾਡੀ ਸਿੱਖਾਂ ਦੀ ਇਹ ਸ਼੍ਰੋਮਣੀ ਸੰਸਥਾ ਵਾ ਇਹਦੀ ਕਿਰਦਾਰ ਕੁਸ਼ੀ ਨਾ ਕੀਤੀ ਜਾਵੇ। ਜਿਹਨੇ ਵੀ ਕੋਈ ਇਤਰਾਜ਼ ਲਾਉਣਾ ਵਾ ਬਾਈ ਨੇਮ ਲਾਵੇ, ਉਹਨਾਂ ਨੂੰ ਸਾਬਤ ਕਰੇ, ਉਹਨਾਂ ਨੂੰ ਕਟਹਿਰੇ 'ਚ ਖੜੇ ਕਰੇ, ਸਾਨੂੰ ਕੋਈ ਹਰਜ ਨਹੀਂ। ਪਰ ਇਹ ਸਾਡੀ ਸੰਸਥਾ ਵਾ, ਇਸ ਸੰਸਥਾ ਦਾ ਧੱਬਾ ਨਾ ਲਾਇਆ ਜਾਵੇ। ਇੱਕ ਖਾਸ ਕਰਕੇ ਮੇਰੀ ਬੇਨਤੀ ਆ ਕਿ ਜਦੋਂ ਅਸੀਂ ਇਹ ਕਹਿ ਦਿਆਂਗੇ, ਸਿੱਖ ਕਹਿ ਦਿਆਂਗੇ ਕਿ ਸਾਡਾ ਸਾਰਾ ਸਰਮਾਇਆ ਸਾਨੂੰ ਵਾਪਸ ਮਿਲ ਗਿਆ, ਅਤੇ ਜਿਹੜੀ ਸਰਕਾਰ ਦੋਸ਼ੀ ਸੀ ਉਹ ਦੋਸ਼ੀ ਸਰਕਾਰ ਜਿਹੜੀ ਆ ਉਹ ਬਰੀ ਹੋ ਜਾਂਦੀ ਆ, ਜਦੋਂ ਕਿ ਰਿਕਾਰਡ ਮੁਤਾਬਕ ਇਹ ਜਿਹੜਾ ਸਾਹਿਤ ਆ ਸਾਡਾ ਉਹ ਸਾਨੂੰ ਮਿਲਿਆ ਨਹੀਂ। ਮੈਂ ਇੰਨੀ ਬੇਨਤੀ ਕਰਨੀ ਚਾਹੁੰਦਾ। ਉਹ ਜਿਹੜੀਆਂ ਲਿਸਟਾਂ ਨੇ, ਮੇਰੀ ਬੇਨਤੀ ਸੁਣ ਲਓ, ਇਕੱਲੀ ਇਕੱਲੀ ਡਿਟੇਲ ਜਿਹੜੀ ਆ ਉਹ ਸਾਡੇ ਕੋਲ ਹੈਗੀ ਆ, ਕੀ ਆਇਆ ਉਹ ਅਸੀਂ ਵੱਖਰੀ ਪ੍ਰੈਸ ਨੋਟ 'ਚ ਵੀ ਦੇ ਦਿਆਂਗੇ, ਕਿਉਂਕਿ ਮੈਂ ਡੇਟਾਂ ਦੱਸਣ ਲੱਗਾਂਗਾ ਕੋਈ ਗਿਣਤੀ ਦਾ ਫਰਕ ਪੈ ਜਾਏਗਾ ਫਿਰ ਠੀਕ ਨਹੀਂ ਹੋਏਗਾ। ਪਹਿਲਾਂ ਜਿਹੜਾ ਸਾਡਾ ਕੁਐਸਚਨ ਆ ਉਹ ਇਹ ਆ ਵੀ ਸਮਾਨ ਆਇਆ ਕਿੰਨਾ, ਉਹ ਮੌਜੂਦ ਹੈ ਕਿ ਨਹੀਂ ਮੌਜੂਦ, ਉਹ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਮੌਜੂਦ ਹੈ ਕਿ ਨਹੀਂ ਮੌਜੂਦ, ਇਹ ਅਗਲੀ ਪੜਤਾਲ ਦਾ ਹੱਥ ਆ। ਕਿਉਂਕਿ ਜਿਹੜੀ ਪੜਤਾਲ ਹੋਣੀ ਆ ਹੱਥ ਲਿਖਤ ਸਰੂਪਾਂ ਬਾਰੇ, ਹੱਥ ਲਿਖਤ ਬੀੜਾਂ ਬਾਰੇ, ਦਸਮ ਗ੍ਰੰਥ ਬਾਰੇ, ਹੱਥ ਲਿਖਤ ਗੁਣਮਿਆਂ ਬਾਰੇ, ਉਹ ਮਾਹਰ ਬੰਦੇ ਹੀ ਕਰ ਸਕਦੇ ਨੇ। ਫਿਰ ਲਾਇਬ੍ਰੇਰੀ ਦੀ ਇਕੱਲੀ ਇਕੱਲੀ ਕਿਤਾਬ ਨੂੰ ਛਾਨਣਾ ਪਏਗਾ। ਇਹਦੇ ਵਿੱਚ ਜਿਹੜੀ ਆ ਪ੍ਰਧਾਨ ਸਾਹਿਬ ਨੇ ਉਹ ਅਨਾਊਂਸ ਕਰਨੀ ਆ, ਸਵੇਰੇ ਮੇਰੇ ਖਿਆਲ ਅਨਾਊਂਸ ਕਰ ਦੇਣਗੇ, ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ। ਉਹਦੇ ਵਿੱਚ ਕਾਨੂੰਨੀ ਮਾਹਰ ਵੀ ਲਏ ਜਾ ਸਕਦੇ ਆ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਟਰੱਸਟੀ ਵੀ ਹੋਣਗੇ, ਉਹਦੇ ਵਿੱਚ ਜਿਹੜੇ ਹੱਥ ਲਿਖਤਾਂ ਦੇ ਮਾਹਰ ਨੇ ਉਹ ਵੀ ਹੋਣਗੇ, ਉਹਦੇ ਵਿੱਚ ਉਹ ਵੀ ਬੰਦੇ ਹੋਣਗੇ ਜਿਹੜੇ ਲਾਇਬ੍ਰੇਰੀ ਦਾ ਰੱਖ ਰਖਾਵ ਕਰਦੇ ਆ। ਭਾਈ ਸਾਹਿਬ ਜੀ, ਤੁਸੀਂ ਕਿਹਾ ਸੀ 205 ਸਰੂਪ ਵਾਪਸ ਆਏ ਨੇ, ਕੀ ਅੱਜ ਦੇ ਦਿਨ ਤੁਹਾਨੂੰ ਪਤਾ ਹੈ ਕਿ 205 ਸਰੂਪ ਨਹੀਂ ਹਨ ਇੱਥੇ ਜਾਂ ਸਾਰੇ ਹਨ? ਮੈਂ ਸਪਸ਼ਟ ਕਰਨ ਦਿਆਂ ਭੈਣ ਜੀ ਕਿ ਇਸ ਵੇਲੇ ਸਾਡੇ ਕੋਲ 560 ਸਰੂਪ ਨੇ, ਠੀਕ ਆ। ਇਹ ਪੜਤਾਲ ਦਾ ਵਿਸ਼ਾ ਵਾ ਕਿ 205 ਸਰੂਪ ਉਹਨਾਂ 560 ਦੇ ਵਿੱਚ ਸ਼ਾਮਿਲ ਨੇ ਕਿ ਉਹ ਅਲੱਗ ਨੇ, ਇਹ ਜਿਹੜਾ ਨਾ ਇਹ ਇਸ਼ੂ ਵੱਖਰਾ ਵਾ, ਇਹਨੂੰ ਅਸੀਂ ਪੜਤਾਲ ਦੇ ਵਿੱਚ ਕਰਾਂਗੇ, ਸਪਸ਼ਟ ਕਰਾਂਗੇ, ਸੰਗਤ ਦੇ ਸਾਹਮਣੇ ਸਾਰਾ ਕੁਝ ਸਪਸ਼ਟ ਕਰਾਂਗੇ।
ਹੁਣ ਖਾਲਸਾ ਕੋਲ ਸੂਚੀ ਕਿਉਂ ਨਹੀਂ ਹੈ ਕਿਉਂਕਿ ਆਫੀਸ਼ੀਅਲੀ ਆਉਂਦਾ ਰਿਹਾ ਜਿਹੜਾ ਰਿਕਾਰਡ ਆਇਆ ਕਿਉਂ ਮਤਲਬ ਉਹ ਸੂਚੀ ਕੰਪਲੀਟ ਨਹੀਂ ਹੈ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਸਾਡੇ ਕੋਲ ਸੂਚੀ ਕੰਪਲੀਟ ਆ ਜਿਹੜੀ ਸੂਚੀ ਆ ਸਾਡੇ ਕੋਲ ਕੰਪਲੀਟ ਆ ਉਸੇ ਸੂਚੀ ਜਿਹੜੀ ਸਰਦਾਰ ਅਨੁਰਾਗ ਸਿੰਘ ਨੇ ਪ੍ਰੋਵਾਈਡ ਕੀਤੀ ਆ ਜਿਹੜੀ ਸਾਡੇ ਰਿਕਾਰਡ ਮੁਤਾਬਕ ਆ ਜਿਹੜੀ ਸਾਡੀ ਫਾਈਲ 'ਚ ਆ ਉਹਦੀ ਅਸੀਂ ਇਕੱਲੀ ਇਕੱਲੀ ਕਿਤਾਬ ਦੀ ਗਿਣਤੀ ਕਰਕੇ ਤੁਹਾਨੂੰ ਦੱਸ ਰਹੇ ਹਾਂ ਕਿ 807 ਕਿਤਾਬਾਂ ਵਾਪਸ ਆਈਆਂ ਨੇ 205 ਸਰੂਪ ਵਾਪਸ ਆਏ ਨੇ ਅਖਬਾਰਾਂ ਵਾਪਸ ਆਈਆਂ ਅਤੇ ਇੱਕ ਹੁਕਮਨਾਮਾ ਵਾਪਸ ਆਇਆ ਇੱਕ ਗੱਲ ਜਿਹੜੀ ਆ ਨਾ ਇਹ ਸਰਕਾਰ ਨੂੰ ਪੁੱਛਣੀ ਚਾਹੀਦੀ ਆ ਜਿਹੜੀ ਲਾਸਟ ਸਾਡੀ ਕਾਰਸਪੋਂਡੈਂਸ ਹੋਈ ਆ ਸਰਕਾਰ ਦੇ ਨਾਲ ਲਾਸਟ ਉਹ ਮੇਰੇ ਵੱਲੋਂ ਚਿੱਠੀ ਲਿਖੀ ਗਈ ਸੀ ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਡਿਫੈਂਸ ਸੈਕਟਰੀ ਨੇ ਚਿੱਠੀ 'ਚ ਜਵਾਬ ਦਿੱਤਾ ਵਾ ਉਸ ਜਵਾਬ ਦੇ ਵਿੱਚ ਉਹਨੇ ਲਿਖਿਆ ਵਾ ਡਿਪਟੀ ਸੈਕਟਰੀ ਜਿਹੜਾ ਡਿਫੈਂਸ ਦਾ ਉਹਨੇ ਲਿਖਿਆ ਮਾਰਚ ਦੇ ਮਹੀਨੇ 'ਚ ਸਾਨੂੰ ਚਿੱਠੀ ਆਈ ਆ ਕਿ ਜਿਹੜਾ ਰਿਕਾਰਡ ਇੱਥੋਂ ਚੁੱਕਿਆ ਗਿਆ ਸੀ ਉਹਦੇ ਵਿੱਚੋਂ ਪੁਲਿਸ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਗਿਆ ਸ਼ਬਦ ਪਹਿਲਾਂ ਪੁਲਿਸ ਲਿਖਿਆ ਉਹਨਾਂ ਨੇ ਸੈਕਿੰਡ ਉਹਨਾਂ ਨੇ ਲਿਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਗਿਆ ਸੀ ਪੁਲਿਸ ਨੂੰ ਉਹਨਾਂ ਨੇ ਕਿੰਨਾ ਵਾਪਸ ਕੀਤਾ ਸਾਨੂੰ ਕਿੰਨਾ ਵਾਪਸ ਕੀਤਾ ਜਿਹੜੀ ਸਾਡੇ ਕੋਲ ਡਿਟੇਲ ਆ ਸਾਡੇ ਕੋਲ ਮੌਜੂਦ ਹੈ ਦੇਖੋ ਇਹ ਜਿਹੜਾ ਮਾਮਲਾ ਵਾ ਜਦੋਂ ਸਾਹਮਣੇ ਆਇਆ ਵਾ ਅਸੀਂ ਆਪਣੇ ਅਧਿਕਾਰੀ ਲੈਵਲ 'ਤੇ ਮੀਟਿੰਗ ਕਰਕੇ ਇਹ ਗੱਲ ਸਪਸ਼ਟ ਕਰਨ ਡਏ ਹਾਂ ਜਿੰਨੀ ਕੁ ਸਾਡੀ ਕੋਲ ਸਮਰੱਥਾ ਸੀ ਜਿੰਨੀ ਕੁ ਜਾਣਕਾਰੀ ਸੀ ਦੂਜੀ ਗੱਲ ਆ ਕਿ ਜੂਨ 1984 ਤੋਂ ਲੈ ਕੇ ਜਿਹੜੇ ਵੀ ਸਕੱਤਰ ਸਾਹਿਬਾਨ ਸੇਵਾ ਕਰਦੇ ਰਹੇ ਨੇ ਜਿਹੜੇ ਵੀ ਇੰਚਾਰਜ ਸੇਵਾ ਕਰਦੇ ਰਹੇ ਨੇ ਜਿਹੜੇ ਵੀ ਲਾਇਬ੍ਰੇਰੀ ਸੇਵਾ ਕਰਦੇ ਰਹੇ ਨੇ ਅਸੀਂ ਸਾਰੇ ਹੀ ਪੜਤਾਲ ਦੇ ਘੇਰੇ ਵਿੱਚ ਆ ਜਾਂਦੇ ਹਾਂ ਅੱਜ ਪੜਤਾਲ ਦੇ ਘੇਰੇ 'ਚ ਆ ਜਾਂਦੇ ਮੇਰਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਹੈਗਾ ਮੈਂ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂ ਉਹਨਾਂ ਜਵਾਬ ਦਾ ਮੇਰਾ ਕੋਈ ਸੰਬੰਧ ਨਹੀਂ ਹੈਗਾ ਮੌਜੂਦਾ ਕੇਂਦਰ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਲਿਸਟਾਂ ਦਿੱਤੀਆਂ ਜਾਣ ਅਸੀਂ ਲਿਸਟਾਂ ਜੂਨ 1984 'ਚ ਹੀ ਦੇਤੀਆਂ ਸੀ ਜਿੰਨੀਆਂ ਕਿਤਾਬਾਂ ਗਈਆਂ ਨੇ ਜਿੰਨੇ ਪਾਵਨ ਸਰੂਪ ਗਏ ਨੇ ਉਹ ਚਿੱਠੀ ਦੇ ਨਾਲ ਪਹਿਲੀ ਚਿੱਠੀ ਦੇ ਨਾਲ ਲਿਸਟਾਂ ਬਾਈਂਡ ਕਰਕੇ ਦਿੱਤੀਆਂ ਨੇ ਕਿ ਆਹ ਕਿਤਾਬਾਂ ਆਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਡੇ ਕੋਲੋਂ ਇੱਥੋਂ ਲਿਜਾਏ ਗਏ ਨੇ ਸਾਨੂੰ ਵਾਪਸ ਕੀਤੇ ਇਹ ਤਾਂ ਅਜੇ ਮਸਲਾ ਅਗਲਾ ਵਾ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਕਿ ਸਰਕਾਰ ਅੱਜ ਵੀ ਮੰਨ ਰਹੀ ਆ ਡਿਪਟੀ ਸੈਕਟਰੀ ਡਿਫੈਂਸ ਦਾ ਅੱਜ ਵੀ ਮੰਨ ਰਿਹਾ ਕਿ ਅਸੀਂ ਕੁਝ ਸਮਾਨ ਪੁਲਿਸ ਨੂੰ ਦੇ ਦਿੱਤਾ ਅਤੇ ਬਾਕੀ ਕੁਝ ਸਮਾਨ ਅਸੀਂ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਕਿੰਨਾ ਉਹਨਾਂ ਪੁਲਿਸ ਨੂੰ ਦਿੱਤਾ ਇਹ ਪੜਤਾਲ ਦਾ ਅਗਲਾ ਹਿੱਸਾ ਮੇਰੀ ਇੱਕ ਬੇਨਤੀ ਆ ਵੀ ਆਪਾਂ ਇੱਕ ਸੰਜਮ 'ਚ ਰਹਿ ਕੇ ਗੱਲ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ 'ਚ ਬਹੁਤ ਗੰਭੀਰ ਮਾਮਲਾ ਵਾ ਇਹਦੀ ਪੜਤਾਲ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਹਾਈ ਪਾਵਰ ਕਮੇਟੀ ਬਣ ਕੇ ਜੇ ਉਸ ਕਮੇਟੀ ਨੂੰ ਇੰਗਲੈਂਡ ਜਾਣਾ ਪਿਆ ਉੱਥੇ ਵੀ ਜਾਏਗੀ ਜੇ ਅਮਰੀਕਾ ਜਾਣਾ ਪਿਆ ਉੱਥੇ ਵੀ ਜਾਏਗੀ ਪਰ ਸੱਚ ਜਿਹੜਾ ਵਾ ਤੱਥ ਜਿਹੜਾ ਵਾ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।